ਸਾਰੇ ਆਪਣੇ ਪੰਜਾਬੀਆਂ ਨੂੰ ਸਲਾਮ ਅਲੈਕੁਮ। ਦਿਸ ਵਾਟ ਆਮ ਟਾਕਿੰਗ ਅਬਾਟ, ਆਮ ਟ੍ਰਾਈਂਗ ਟੂ ਸੇ ਯੂ ਹੇ ਹਾਈ, ਡੋਂਟ ਵੀ ਆਰ ਆਲ ਗੁੱਡ, ਵੀ ਆਲ ਸੇਮ ਯੂ ਮੀ, ਸੋ ਲੈਟਸ ਗੈਟ ਟੁਗੇਦਰ। ਜੀ ਆਇਆਂ ਮੈਂ ਮਾੜੀ ਮੋਟੀ ਪੰਜਾਬੀ ਜਾਣਦਾ, ਪਰ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝਾ ਕਰਨੀ ਚਾਹੁੰਦਾ, ਜਿਵੇਂ ਕਿੱਥੇ ਮੇਰੀ ਪੰਜਾਬੀ ਚ ਗੱਲ ਹੋ ਕੋਈ ਗੱਲ ਨਹੀਂ ਵੀ ਲੱਗੇ ਤਾਂ ਮੈਨੂੰ ਮਾਫ਼ ਕਰੋ, ਅਤੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ। ਇਸ ਤਰ੍ਹਾਂ ਅਖਾੜੇ 'ਤੇ ਪਹਿਲਵਾਨ ਕਦੇ ਕਦੇ So just like in the ring of the king, you have the heat, other arrest the force to defeat it, to quit, that's how it is. ਆਪਣੀ ਫਸਲ ਨੂੰ ਬੋਲਦਾ ਅਤੇ ਉਹਦੀ ਰਾਖੀ ਕਰਦਾ। In the other hand, the farmer does his job and grows necessary veggies and grains, and he wait like long 6 months after. This is me. I'm gonna deliver that. You get it. I'm gonna kill you. Thank God. And that's what my job. ਦੁਨੀਆ ਦਾ ਜਰੀਆ ਹੈ। I did it right now. Look at here. ਜਿਹੜੇ ਇਨਸਾਨ ਹੈ ਨੋਰਮਲ, ਸਾਰੇ ਇੱਕ ਜਿਹੇ ਹੈ, ਸਾਰੇ ਪਿਆਰ ਕਰਦੇ। ਜਿਹੜੇ ਰਾਜਾ ਬਾਦਸ਼ਾਹ ਆਏ, ਅੱਜ ਦੀ ਹਕੂਮਤ ਦੇਖ ਲਓ, ਉਹ ਵੀ ਜ਼ੁਲਮ ਕਰਦੀ ਹੈ, ਉਸ ਵੇਲੇ ਦੀ ਵੀ ਕਰਦੀ ਸੀਗੀ ਹੈ, ਅਤੇ ਹਕੂਮਤਾਂ ਹਮੇਸ਼ਾ ਜ਼ੁਲਮ ਕਰਦੀ ਆ। There was always Musa. ਜੇ ਤੁਸੀਂ ਦੇਖਣਾ ਹੈ ਤਾਂ ਰੀਅਲ ਸੋਰਸ ਨੂੰ ਦੇਖੋ। There is always someone against someone. ਤੁਸੀਂ ਬਲੀਵ ਕਰਦੇ ਹੋ ਇੱਕ ਹੰਕਾਰੇ ਤੇ। It's a positive versus negative. ਅਸੀਂ ਵੀ ਕਹਿੰਦੇ ਹਾਂ versus devil. ਇੱਕ ਵਰਸਸ ਇੱਕ ਹੀ ਪਰਮਾਤਮਾ, ਉੱਤੇ ਕੋਈ ਦੂਜਾ ਨਹੀਂ ਆ। ਇਸ ਹੁਣ ਟਾਈਮ ਆ ਗਿਆ ਸਾਨੂੰ ਆਪਣੇ ਭੇਦਭਾਵ ਮਿਟਾ ਕੇ ਇੱਕ ਹੋਣ ਦੀ ਲੋੜ ਆ, ਅਤੇ ਜਿਹੜਾ ਸ਼ੈਤਾਨ ਸਾਡੇ ਅੰਦਰ ਰਹਿੰਦਾ ਹੈ, ਜਿਹੜਾ ਸਾਨੂੰ ਪਰੇਸ਼ਾਨ ਕਰਦਾ, ਜਿਹੜਾ ਸਾਨੂੰ ਇੱਕ ਨਹੀਂ ਹੋਣ ਦਿੰਦਾ, ਜਿਹੜਾ ਮੰਨਣ ਨਹੀਂ ਦਿੰਦਾ, ਜਿਹੜਾ ਕਹਿੰਦਾ ਇੱਕ ਦੂਜੇ ਦੇ ਦੁਸ਼ਮਣ ਹੈ, ਉਹਨੂੰ ਦੁਸ਼ਮਣ ਨੂੰ ਉਹਦੇ ਹਿੱਕ ਤੋਂ ਚੜ ਕੇ ਆਪਾਂ ਇੱਕ ਲੈ ਕੇ ਖੜਾ ਖੜ ਕੇ ਅਤੇ ਅੱਗੇ ਬੜਨਾ। ਇਹੀ ਕਾਮਯਾਬੀ ਹੈ। ਮੇਰਾ ਪਿਆਰ ਅਤੇ ਸਾਰਿਆਂ ਨੂੰ, ਮੇਰਾ ਦਿਲ ਤੇ ਜੀ ਆਇਆਂ ਨੂੰ। ਮਿਲਦੇ ਹਾਂ ਅਗਲੀ ਵਲੌਗ 'ਤੇ। ਥੈਂਕ ਯੂ।